ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਸੰਤ ਸਿੰਘ ਮਸਕੀਨ ਜੀ ਦੇ 20 ਵਿਚਾਰ ਮੈਂ ਆਪ ਜੀ ਨਾਲ ਸਾਂਝੇ ਕਰਨ ਜਾ ਰਿਹਾ ਹਾਂ, ਜੋ ਸਾਡੇ ਜੀਵਨ ਨੂੰ ਸਹੀ ਸੇਧ ਦਿੰਦੇ ਹਨ। ਇਹ ਵਿਚਾਰ ਜਾਂ ਬਚਨ ਉਹਨਾਂ ਦੀਆਂ ਦੋ ਕਿਤਾਬਾਂ ਵਿੱਚੋਂ ਲਏ ਗਏ ਹਨ, ਪਹਿਲੀ ਗੁਰੂ ਚਿੰਤਨ, ਦੂਸਰੀ ਰਹੱਸ ਤੇ ਰਮਜ਼ ਵਿੱਚੋਂ। ਸੋ ਆਓ ਇਹਨਾਂ ਵਿਚਾਰਾਂ ਨਾਲ ਸਾਂਝ ਪਾਈਏ ਤੇ ਆਪਣੇ ਮਨ ਨੂੰ ਰੋਸ਼ਨ ਕਰੀਏ। ਏਕਤਾ। ਅਕਸਰ ਵੇਖਿਆ ਗਿਆ ਹੈ ਕਿ ਛੋਟੀ ਜਿਹੀ ਖੁੱਡ ਵਿੱਚ ਹਜ਼ਾਰਾਂ ਕੀੜੀਆਂ ਆ ਜਾਂਦੀਆਂ ਨੇ, ਬੜੇ ਪਿਆਰ ਨਾਲ ਰਹਿੰਦੀਆਂ ਨੇ, ਕੋਈ ਲੜਾਈ ਝਗੜਾ ਨਹੀਂ ਕਰਦੀਆਂ। ਪਰ ਕਈ ਦਫ਼ਾ ਦੇਖਿਆ ਗਿਆ ਕਿ ਬਹੁਤ ਵੱਡੇ ਵੱਡੇ ਘਰਾਂ ਵਿੱਚ ਵੀ ਦੋ ਭਰਾ ਨਹੀਂ ਰਹਿ ਸਕਦੇ। ਗੁਣ। ਗੁਣ ਲੈਣਾ ਹੋਵੇ ਤਾਂ ਮਨੁੱਖ ਪਸ਼ੂਆਂ ਕੋਲੋਂ ਵੀ ਲੈ ਸਕਦਾ ਹੈ, ਅਤੇ ਜੇ ਨਾ ਲੈਣਾ ਹੋਵੇ ਫਿਰ ਤਾਂ ਵੱਡੇ ਵੱਡੇ ਗਿਆਨੀ ਧਿਆਨੀ ਤੋਂ ਵੀ ਨਹੀਂ ਲੈ ਸਕਦਾ। ਸਨੇਹ, ਪ੍ਰੇਮ, ਸ਼ਰਧਾ ਤੇ ਭਗਤੀ। ਜੇ ਸਨੇਹ ਨਹੀਂ ਤਾਂ ਬੱਚਿਆਂ ਨਾਲ ਜੁੜਨਾ ਔਖਾ ਹੈ, ਜੇ ਪ੍ਰੇਮ ਨਹੀਂ ਤਾਂ ਮਿੱਤਰ, ਭਰਾ, ਪਤੀ, ਪਤਨੀ ਨਾਲ ਜੁੜਨਾ ਔਖਾ ਹੈ, ਜੇ ਸ਼ਰਧਾ ਨਹੀਂ ਤਾਂ ਗੁਰੂ ਨਾਲ ਜੁੜਨਾ ਔਖਾ ਹੈ, ਅਤੇ ਜੇ ਭਗਤੀ ਨਹੀਂ ਤਾਂ ਪਰਮਾਤਮਾ ਨਾਲ ਜੁੜਨਾ ਔਖਾ ਹੈ। ਭੁੱਖ। ਜਿਸ ਦੇ ਅੰਦਰ ਭੋਜਨ ਦੀ ਭੁੱਖ ਪੈਦਾ ਨਾ ਹੋਵੇ ਉਹ ਤਨ ਕਰਕੇ ਰੋਗੀ ਹੈ, ਅਤੇ ਜਿਸ ਦੇ ਅੰਦਰ ਭਜਨ ਦੀ ਭੁੱਖ ਨਹੀਂ ਉਹ ਮਨ ਕਰਕੇ ਰੋਗੀ ਹੈ। ਮੌਤ ਦੇ 6 ਰੂਪ ਨੇ, ਸਰੀਰਕ ਮੌਤ, ਆਰਥਿਕ ਮੌਤ, ਰਾਜਨੀਤਿਕ ਮੌਤ, ਸਮਾਜਿਕ ਮੌਤ, ਰੂਹਾਨੀ ਮੌਤ, ਮਾਨਸਿਕ ਮੌਤ। ਸਰੀਰਕ ਮੌਤ, ਜਦੋਂ ਅੰਦਰੋਂ ਸਾਹ ਰੁਕ ਜਾਣ ਤਾਂ ਸਰੀਰਕ ਮੌਤ ਹੋ ਜਾਂਦੀ ਹੈ। ਆਰਥਿਕ ਮੌਤ, ਧਨ ਆਉਣਾ ਰੁਕ ਜਾਏ ਅਤੇ ਜੋ ਕੋਲ ਧਨ ਹੈ ਉਹ ਵੀ ਚਲਿਆ ਜਾਏ, ਮੰਦੀ ਆ ਜਾਏ, ਵਾਲ ਵਾਲ ਕਰਜ਼ਾਈ ਹੋ ਜਾਏ ਤਾਂ ਉਹ ਆਰਥਿਕ ਮੌਤ ਹੈ। ਰਾਜਨੀਤਿਕ ਮੌਤ, ਕੱਲ੍ਹ ਤੱਕ ਜਨਤਾ ਸਮਰਥਨ ਕਰਦੀ ਸੀ, ਅੱਜ ਸਾਰੇ ਇਨਕਾਰੀ ਹੋ ਗਏ, ਗੱਦੀ ਤੋਂ ਲਾ ਦਿੱਤਾ, ਹੁਣ ਕੋਈ ਪੁੱਛਦਾ ਨਹੀਂ। ਇਹਨੂੰ ਵੇਖ ਕੇ ਕਹਿਣਾ ਪੈਂਦਾ ਕਿ ਇਹਨਾਂ ਦੀ ਰਾਜਨੀਤਿਕ ਮੌਤ ਹੋ ਗਈ ਹੈ। ਸਮਾਜਿਕ ਮੌਤ, ਜਦ ਕੋਈ ਵੱਡਾ ਦਾਗ ਜਾਂ ਕਲੰਕ ਲੱਗ ਜਾਏ, ਸਮਾਜ ਬਰਾਦਰੀ ਵਿੱਚ ਜੋ ਇੱਜ਼ਤ ਸੀ ਉਹ ਖਤਮ ਹੋ ਜਾਏ ਤਾਂ ਇਹ ਸਮਾਜਿਕ ਮੌਤ ਹੈ। ਰੂਹਾਨੀ ਮੌਤ, ਪਰਮਾਤਮਾ ਦੀ ਯਾਦ ਜਦ ਅੰਦਰ ਨਾ ਚੱਲੇ ਤਾਂ ਰੂਹਾਨੀ ਮੌਤ ਹੈ। ਮਾਨਸਿਕ ਮੌਤ, ਜਿਸ ਦੇ ਮਨ ਅੰਦਰ ਪਰਮਾਤਮਾ ਦੀ ਯਾਦ ਚੱਲਦੀ ਹੈ ਮੈਂ ਉਸਨੂੰ ਹੀ ਜਿਉਂਦਾ ਸਮਝਦਾ ਹਾਂ, ਬਾਕੀ ਸਾਰੇ ਤੇ ਮਾਨਸਿਕ ਤੌਰ ਤੇ ਮਨੋ ਮਰੇ ਹੋਏ ਹਨ। ਦਇਆ, ਧਰਮ, ਸੰਤੋਖ, ਸਿਮਰਨ। ਜੇ ਦਇਆ ਨਹੀਂ ਤਾਂ ਧਰਮ ਹੋ ਹੀ ਨਹੀਂ ਸਕਦਾ, ਧਰਮ ਗਿਆ ਤਾਂ ਸੰਤੋਖ ਆਪਣੇ ਆਪ ਚੱਲ ਜਾਂਦਾ ਹੈ। ਇਸ ਲੜੀ ਨੂੰ ਇਸ ਤਰ੍ਹਾਂ ਜੋੜੀਏ, ਜਿੱਥੇ ਦਇਆ ਹੈ ਉੱਥੇ ਸੇਵਾ ਹੈ, ਜਿੱਥੇ ਸੇਵਾ ਹੈ ਉੱਥੇ ਧਰਮ ਹੈ, ਜਿੱਥੇ ਧਰਮ ਹੈ ਉੱਥੇ ਸੰਤੋਖ ਹੈ, ਜਿੱਥੇ ਸੰਤੋਖ ਹੈ ਉੱਥੇ ਸਿਮਰਨ ਹੈ, ਜਿੱਥੇ ਸਿਮਰਨ ਹੈ ਉੱਥੇ ਅਕਾਲ ਪੁਰਖ ਆਪ ਹੈ। ਬੀਜ। ਅਕਸਰ ਵੇਖਣ ਵਿੱਚ ਆਇਆ ਹੈ ਕਿ ਚੰਗਾ ਬੀਜ ਤਾਂ ਕਈਆਂ ਕੋਲ ਹੁੰਦਾ ਹੈ, ਪਰ ਚੰਗੀ ਧਰਤੀ ਕਿਸੇ ਕਿਸੇ ਕੋਲ ਹੁੰਦੀ ਹੈ। ਗੁਰੂ ਨੂੰ ਸਿਜਦਾ ਕਰਨਾ ਇੱਕ ਚੰਗਾ ਕਰਮ ਹੈ, ਭਾਵ ਬੀਜ ਹੈ, ਪਰ ਜੇ ਨੀਅਤ ਚੰਗੀ ਨਹੀਂ ਤਾਂ ਸਿਰ ਨਿਵਾਣਾ ਬੇਅਰਥ ਹੋ ਜਾਂਦਾ ਹੈ। ਪਾਪ ਤੇ ਪੁੰਨ। ਪਾਪ ਉਹ ਹੈ ਜਿਸ ਨਾਲ ਚੇਤਨਾ ਕੁਮਲਾ ਜਾਏ, ਤੇ ਪੁੰਨ ਉਹ ਹੈ ਜਿਸ ਨਾਲ ਚੇਤਨਾ ਖੇੜੇ ਵਿੱਚ ਆ ਜਾਏ। ਨਿੰਦਾ, ਉਸਤਤ। ਗੱਲ ਨੂੰ ਵਧਾ ਕੇ ਬਿਆਨ ਕਰਨਾ ਉਸਤਤ ਹੈ ਅਤੇ ਘਟਾ ਕੇ ਬਿਆਨ ਕਰਨਾ ਨਿੰਦਾ ਹੈ, ਇਹਨਾਂ ਦੋਨਾਂ ਤੋਂ ਉਤਾਂਹ ਰਹਿਣਾ ਹੈ। ਬੋਲਣਾ। ਹੰਕਾਰੀ ਮਨੁੱਖ ਜ਼ਿਆਦਾ ਬੋਲਦਾ ਹੈ ਅਤੇ ਨਿਰਮਾਣ ਜ਼ਿਆਦਾ ਸੁਣਦਾ ਹੈ। ਸਿਆਣੇ ਮਨੁੱਖ ਦੀ ਖਾਮੋਸ਼ੀ ਮੂਰਖ ਦੇ ਬੋਲਾਂ ਨਾਲੋਂ ਜ਼ਿਆਦਾ ਕੀਮਤੀ ਹੁੰਦੀ ਹੈ। ਕਾਨੂੰਨ। ਕਾਨੂੰਨ ਮੱਕੜੀ ਦਾ ਜਾਲਾ ਹੈ, ਇਸ ਵਿੱਚ ਕਮਜ਼ੋਰ ਜੀਵ ਫਸ ਜਾਂਦੇ ਨੇ ਤੇ ਤਾਕਤਵਰ ਜਾਲ ਤੋੜ ਕੇ ਅੱਗੇ ਨਿਕਲ ਜਾਂਦੇ ਨੇ। ਕਮਜ਼ੋਰ ਬੰਦਿਆਂ ਨੂੰ ਸਜ਼ਾ ਮਿਲ ਜਾਂਦੀ ਹੈ, ਪਰ ਤਾਕਤਵਰ ਨੂੰ ਇਹ ਨੀਤੀ ਕੁਝ ਨਹੀਂ ਆਖਦੀ। ਮਨ ਨੂੰ ਜੋੜਨਾ। ਮਨ ਨੂੰ ਭਟਕਾਉਣ ਲਈ ਸੰਸਾਰ ਵਿੱਚ ਲੱਖਾਂ ਹੀ ਸਾਧਨ ਮੌਜੂਦ ਨੇ, ਪਰ ਮਨ ਨੂੰ ਜੋੜਨ ਲਈ ਸਿਰਫ ਇੱਕੋ ਹੀ ਗੁਰੂ ਦਾ ਸ਼ਬਦ ਹੈ। ਗਿਆਨ ਤੇ ਪ੍ਰੇਮ। ਗਿਆਨ ਸੂਰਜ ਦੇ ਵਾਂਗ ਹੈ ਤੇ ਪ੍ਰੇਮ ਚੰਨ ਦੇ ਵਾਂਗ। ਗਿਆਨ ਤੋਂ ਬਿਨਾਂ ਸੂਝ ਨਹੀਂ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਵਿੱਚ
रस नहीं मिलता। लोड़ां, लोड़ां दी पूर्ती तां हो सकती है, पर लोभ दी पूर्ती अज तक नहीं हो सकी। लोभी ते संतोखी, लोभी फुलां दी सेज ते भी तड़फदा रहिंदा है, पर संतोखी कंडियां दी सेज ते भी मुस्कुराउंदा है। हंजुआं दी कीमत, एक मजदूर दा दस्ता नोट गुम हो गया, उस दियां अखां भर आईयां, सो इन्हां हंजुआं दी कीमत 10 रुपए है। किसी दा 1000 जां लख दा नुकसान हो जाए, इस हालत विच मनुख जे रो पवे तां उन्हां हंजुआं दी कीमत लख तों ज्यादा नहीं। पर जिहड़ा हंजू प्रभु दे विछोड़े विचों निकलदा है, उन्हां हंजुआं दी कोई कीमत नहीं, क्योंकि प्रभु आप अमुल है। जिंदगी दी बेड़ी, बेड़ी पानी विच चल सकती है, बेड़ी नूं रेत विच नहीं चलाया जा सकता। जीवन दी बेड़ी भी धन नाल चलती है, धन तों बिना कदम भी चलना औखा है। पर यह भी सच है कि बेड़ी पानी विच डुबदी है, रेत विच नहीं। अक्सर मनुख धन दी बहुतात कारण जीवन दा रस गवा बैठदा है। कोरा ज्ञान, कोरी जानकारी दा बोझ जो दिमाग ते पिया है, जीवन ने इस जानकारी तो जे कोई लाभ ना उठाया होवे, ता ऐसी जानकारी किसे पशु दी पिठ ते पए हुए किताबां दे भार दी तरह ही हुंदी है। मोह ते प्रेम, प्रेम जद घर दी दीवारी अंदर रहिंदा है तां ओह मोह है। मोह ग्रसे मनुख नूं अपना घर, अपना देश, अपना धर्म प्यारा लगदा है ते बाकियां नूं माड़ी निगाह नाल वेखदा है। दूजे पासे प्रेम जदों घर दीआं दीवारां तों निकल के समूह ब्रह्मांड नूं अपने विच घेरदा है, जो सब नूं अपने कलावे विच लैंदा है, ओह प्रेम है। धन, धन थोड़ा मिलिया तां धन्नवाद उस अकाल पुरख दा, जे बहुता मिलिया तां वी धन्नवाद। इस तरह जीवन वाली दा जीवन विच इक रस रहिंदा है। गरीबी विच ढहिंदी कला नहीं बनदी, अमीरी विच बदमाशी नहीं आउंदी। सो धन्नवाद, इह सन कुछ विचार, कुछ सुचज्जियां गल्लां जो ग्यानी मस्कीन जी दीआं दो किताबां विचों कट्ठियां कीतियां। इन्हां किताबां विच होर भी बहुत सारे खजाने भरे पए ने, जिन्ने लुट सकदे हो तुसीं लुट लो। धन्नवाद। वाहिगुरू जी का खालसा, वाहिगुरू जी की फतह।